त्रिमुक्ता साहिब के गांव उदयकरण के सरकारी सीनियर सेकेंडरी स्कूल में प्रिंसिपल के बदली को लेकर बच्चों के परिजनों द्वारा स्कूल के बाहर प्रदर्शन करने का मामला सामने आया है। इस मौके परिजनों ने राज्य सरकार के खिलाफ जमकर नारेबाजी भी की। वहीं प्रदर्शनकारियों ने कहा कि राजनीतिक प्रभावों के कारण स्कूल के प्रिंसिपल की बदली की जा रही है। इस मौके प्रदर्शनकारियों का और क्या कुछ कहना रहा, आइए आप भी सुनिए। मेरा नाम जगदीप सिंह है, मेरा बेटा इतने स्कूल पढ़ रहा है, पिछले दो बेटियां पढ़िया थी, हुण करके प्लस टू करके गई हैं। जो 1969 वाले का स्कूल बनया, साढ़े बच्चे पहली बार इतने उदयकरण स्कूल मैट च आए हैं, सानू बड़ी खुशी वाली गल है। पर हुण ज्यादा बहुत ज्यादा दुख हो रहा विजय कुमार सेतिया जिन्हां दी सदका इन्ना स्कूल का उभार होया, विकास होया, उन्होंने अज राजनीतिक पोलिटिकल दे दबा दे आ के बदली की गई है। सानू बहुत ज़्यादा दुख है, साढ़े बच्चे भी यही चाहते हैं कि साडा प्रिंसीपल वापस लिया जाए। प्रिंसीपल दीआं खूबियां बहुत हैं जो थोनू असी दस नहीं सकते। वो सुबह प्रेयर वेले एक घंटा डेढ़ घंटा रोजाना साडे बच्चों का नैतिक उभार करते सन, तो जो असी शाम 7 बजे इतों गेड़ा मार के जाते सन, टपते सन, वेखी जाते स्कूल के नाल लेबर के नाल लेबर बन के काम कर रहे सन। साडे बच्चे इतने बहुत ज़्यादा वधिया तरीके नाल पढ़ रहे हैं। ਸਾਡੇ ਜਿਹੜੇ ਰਿਸ਼ਤੇਦਾਰੀਆਂ ਦੇ ਬੱਚੇ ਆਊਟ ਆਫ ਸਟੇਸ਼ਨ ਆਊਟ ਆਫ ਡਿਸਟ੍ਰਿਕਟ ਦੇ ਬੱਚੇ ਇੱਥੇ ਪ੍ਰਾਈਵੇਟ ਸਕੂਲਾਂ 'ਚੋਂ ਹਟ ਕੇ ਨਾਂ ਕਟਵਾ ਕੇ ਇੱਥੇ ਦਾਖਲ ਹੋ ਰਹੇ ਹਨ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਮੈਂ ਤਾਂ ਜੋ ਸਰਕਾਰ ਦੇ ਹੁਕਮ ਹੋਏ ਹੈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੈਂ ਕੱਲ੍ਹ ਜੁਆਇਨ ਕਰ ਲਿਆ। ਅੱਗੇ ਜੋ ਵੀ ਮਤਲਬ ਸਰਕਾਰ ਮੈਂ ਪੇਰੈਂਟਸ ਮੇਰੇ ਕੋਲ ਆਏ ਸੀ ਸਵੇਰੇ ਮਿਲੇ ਸੀਗੇ, ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਮੈਂ ਸਰਕਾਰ ਦੇ ਦਾ ਮੁਲਾਜ਼ਮ ਹੈ, ਸਰਕਾਰ ਜੋ ਮੈਨੂੰ ਕੋਈ ਹੁਕਮ ਕਰੂਗੀ ਮੈਂ ਉਹਦੇ ਨਾਲ ਕੱਲ੍ਹ ਵੀ ਉਸ ਮੁਤਾਬਕ ਕੀਤਾ ਹੈ, ਪਾਲਣਾ ਕੀਤੀ ਹੈ। ਜਾਂ ਫਿਊਚਰ 'ਚ ਕੋਈ ਹੋਣਗੇ ਆਰਡਰ ਤਾਂ ਮੈਂ ਉਹਨਾਂ ਦੀ ਪਾਲਣਾ ਕਰੂੰਗਾ। ਬਦਲੀ ਦੀ ਗੱਲ ਕਹਿ ਰਹੇ ਵੀ ਤੁਹਾਡੀ ਬਦਲੀ ਪਹਿਲਾਂ ਤੁਸੀਂ ਕਿਤੇ ਹੋਰ ਸੀਗੇ, ਤੁਹਾਡੀ ਜੁਆਇਨਿੰਗ ਹੁਣ ਤੁਹਾਡੀ ਇੱਥੇ ਆ, ਤੁਹਾਡੀ ਬਦਲੀ ਦੁਬਾਰਾ ਹੋਰ ਜਗ੍ਹਾ ਕੀਤੀ ਜਾਵੇ ਤਾਂ ਪਹਿਲਾਂ ਵਾਲੀ ਪ੍ਰਿੰਸੀਪਲ ਦੀ ਮੰਗ ਕਰ ਰਹੇ ਹੋ? ਉਹ ਤਾਂ ਪੇਰੈਂਟਸ ਨੂੰ ਪਤਾ ਹੋਣਾ, ਪੇਰੈਂਟਸ ਉਹਨਾਂ ਨਾਲ ਵਿਚਰੇ ਸੀ, ਮੇਰੇ ਨਾਲ ਵਿਚਰਨਗੇ ਤਾਂ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਮੈਂ ਭਵਿੱਖ ਦੇ ਵਿੱਚ ਤੁਹਾਡੇ ਨਾਲ ਵਧੀਆ ਸਹਿਯੋਗ ਦੇ ਵਿੱਚ ਚੱਲੂੰਗਾ, ਬੱਚੇ ਤੁਹਾਡੇ ਪਹਿਲਾਂ ਨਾਲੋਂ ਬੈਸਟ ਚੱਲਣਗੇ, ਹਰ ਐਕਟੀਵਿਟੀ 'ਚ ਪਾਰਟੀਸਪੇਟ ਕਰਨਗੇ, ਉਹ ਆਪਦੇ ਵੱਲੋਂ ਮੈਂ ਬੈਸਟ ਐਫਰਟ ਕਰਕੇ ਬੱਚਿਆਂ ਨੂੰ ਅਗਾਂਹ ਵਧਾਊਂਗਾ। ਨਹੀਂ, ਮੇਰੇ ਵੱਲੋਂ ਕੋਈ ਐਕਸ਼ਨ ਨਹੀਂ, ਨਾ ਮੈਂ ਕੁਛ ਨਹੀਂ ਕਰਨਾ, ਮੈਂ ਤਾਂ ਆਪਦੀ ਡਿਊਟੀ ਨਿਭਾਉਣੀ ਹੈ, ਡਿਊਟੀ ਦੇ ਤੌਰ 'ਤੇ ਆਊਂਗਾ। ਬਾਕੀ ਤਾਂ ਪਿੰਡ ਦੇ ਕੁਛ ਬੱਚਿਆਂ ਨੂੰ, ਮੈਨੂੰ ਐਂ ਲੱਗਦਾ ਵੀ ਪੇਰੈਂਟਸ ਬੱਚਿਆਂ ਨੂੰ ਗੁੰਮਰਾਹ ਕੀਤਾ ਗਿਆ, ਬੱਚਿਆਂ ਨੂੰ ਪੇਰੈਂਟਸ ਨੂੰ, ਉਸ ਦਾ ਕੋਈ ਪਹਿਲੇ ਪ੍ਰਿੰਸੀਪਲ ਨੇ ਕੀਤਾ ਹੋਵੇ, ਉਹਨਾਂ ਦਾ ਕੋਲੋਂ ਰੋਲ ਹੋਵੇ ਕੋਈ, ਮਤਲਬ ਮੈਨੂੰ ਤਾਂ ਲੱਗਦਾ ਉਹਨਾਂ ਨੇ ਕੋਈ ਮਿਸਗਾਈਡ ਕੀਤਾ ਬੱਚਿਆਂ ਨੂੰ। ਵੈਸੇ ਬੱਚੇ ਬਾਕੀ ਜਿਹੜੇ ਬੱਚੇ ਸਵੇਰੇ ਮਿਲਿਆ ਬੱਚਿਆਂ ਨੂੰ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਬੱਚਿਆਂ ਨੇ ਮੈਂ ਸਵੇਰੇ ਸੰਬੋਧਨ ਵੀ ਕੀਤਾ, ਬੱਚੇ ਵਧੀਆ ਮਿਲੇ ਵੀ ਹੈ ਮੈਨੂੰ, ਜਦੋਂ ਮੈਂ ਐਂਟਰ ਕੀਤਾ ਬੱਚਿਆਂ ਨੇ ਮੈਨੂੰ ਮਤਲਬ ਅੱਗੇ ਹੋ ਕੇ ਪੈਰੀਆਂ 'ਚ ਵੀ ਲਾਏ ਆ, ਮਿਲੇ ਵੀ ਹੈ, ਗੁੱਡ ਮੋਰਨਿੰਗ ਵੀ ਕੀਤੀ ਹੈ। ਮੈਂ ਪੇਅਰ 'ਚ ਹਾਂਜੀ, ਮੇਰੀ ਪਹਿਲਾਂ ਸੀਨੀਅਰ ਸੈਕੰਡਰੀ ਬਾਦਲ, ਉੱਥੇ ਮੇਰਾ ਸਕੂਲ ਬਹੁਤ ਵਧੀਆ ਚੱਲਦਾ ਸੀ, ਸਰਕਾਰ ਦੇ ਹੁਕਮ ਅਨੁਸਾਰ ਮੈਂ ਇੱਥੇ ਆ ਗਿਆ। ਮੇਰੀ ਰਿਹਾਇਸ਼ ਮੁਕਤਸਰ ਹੈ, ਬਾਕੀ ਆ ਪੰਚਾਇਤ ਮੈਂਬਰਸ ਮੇਰੇ ਕੋਲ ਬੈਠੇ ਆ, ਇਹ ਕਹਿੰਦੇ ਵੀ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ, ਬਾਕੀ ਸਰਕਾਰ ਦੇ ਹੁਕਮ ਹੈ, ਜੋ ਸਰਕਾਰ ਕਹੂਗੀ ਮੈਂ ਤਾਂ ਉਹਦੇ ਮੁਤਾਬਕ ਚੱਲਾਂਗਾ। ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੈਰਾ ਕੀ ਰਿਪੋਰਟ, ਸਿਟੀ ਹੋਮ ਨਿਊਜ਼।